ਪੰਜਾਬ ਸਰਕਾਰ ਵੱਲੋਂ 12 ਜੂਨ ਤੋਂ ਲੈ ਕੇ 26 ਜੂਨ ਤੱਕ ਐਂਟੀ ਡਰੱਗ ਕੈਂਪੇਨ ਮਨਾਇਆ ਜਾ ਰਿਹਾ ਹੈ। ਉਸ ਤਹਿਤ ਅਸੀਂ ਵੱਖਰੇ ਵੱਖਰੇ ਥਾਵਾਂ 'ਤੇ ਜਾ ਰਹੇ ਹਾਂ। ਅੱਜ ਜੰਡਿਆਲੇ ਦੀ ਵਾਰੀ ਸੀਗੀ, ਸੋ ਗੁਰੂ ਤੇਗ ਬਹਾਦਰ ਨਰਸਿੰਗ ਕਾਲਜ ਦੇ ਬੱਚਿਆਂ ਨੂੰ ਸਾਥ ਲੈ ਕੇ, ਉਹਨਾਂ ਦੀ ਮੈਨੇਜਮੈਂਟ ਨੂੰ ਸਾਥ ਲੈ ਕੇ ਅਸੀਂ ਜੰਡਿਆਲੇ ਦੇ ਵਿੱਚ ਡਰੱਗਸ ਦੇ ਅਗੇਂਸਟ ਇੱਕ ਰੈਲੀ ਕੱਢੀ ਆ, ਜਿਹਦੇ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਤੇ ਮੈਂ ਆਸ ਕਰਦਾ ਕਿ ਇਸ ਰੈਲੀ ਦਾ ਲੋਕਾਂ 'ਤੇ ਜ਼ਰੂਰ ਪ੍ਰਭਾਵ ਪਊਗਾ ਕਿ ਉਸ ਇਸ ਗੱਲ ਵਿੱਚ ਸੋਚਣ 'ਤੇ ਮਜਬੂਰ ਹੋਣਗੇ ਕਿ ਨਸ਼ੇ ਛੱਡਣੇ ਚਾਹੀਦੇ ਆ ਅਤੇ ਅਸੀਂ ਸਰਕਾਰੀ ਹਸਪਤਾਲਾਂ 'ਚ ਜਾ ਕੇ ਇਲਾਜ ਕਰਾਉਣਾ ਚਾਹੀਦਾ। ਅੱਜ ਤੋਂ ਪਹਿਲਾਂ ਜੋ ਕੈਪਟਨ ਸਾਹਿਬ ਨੇ ਸੋਚ ਚੁੱਕੀ ਸੀ ਕਿ ਕਿਆ ਸੀ, ਮੈਂ ਇੰਨੇ ਚਿਰ ਨਸ਼ੇ ਖਤਮ ਕਰਾਂਗਾ, ਉਹਦੇ ਬਾਰੇ ਕੀ ਕਹੋਗੇ? ਇਹ ਜ਼ੋਰਦਾਰ ਲਹਿਰ ਚੱਲ ਰਹੀ ਆ, ਹਰ ਡਿਪਾਰਟਮੈਂਟ ਇਸ ਪਾਸੇ ਲੱਗਾ ਹੋਇਆ ਵਾ ਅਤੇ ਕਾਫੀ ਯੋਗਦਾਨ ਮਿਲਿਆ। ਜਿਸ ਤਰ੍ਹਾਂ ਓਟ ਸੈਂਟਰ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਮਰੀਜ਼ ਆਉਣ ਲੱਗ ਪਏ ਆ ਅਤੇ ਮੈਂ ਆਸ ਕਰਦਾ ਅਸੀਂ ਸਹੀ ਰਸਤੇ 'ਤੇ ਚੱਲ ਰਹੇ ਹਾਂ ਅਤੇ ਆਉਣ ਵਾਲੇ ਦਿਨਾਂ 'ਚ ਮੁਕੰਮਲ ਸਫਲਤਾ ਪਾਵਾਂਗਾ। ਮੈਂ ਗੁਰੂ ਤੇਗ ਬਹਾਦਰ ਕਾਲਜ ਆਫ ਨਰਸਿੰਗ ਜੰਡਿਆਲਾ ਗੁਰੂ ਤੋਂ, ਮੈਂ 12 ਜੂਨ ਤੋਂ ਲੈ ਕੇ 26 ਜੂਨ ਤੱਕ ਜਿਹੜਾ ਡਰੱਗਸ ਦਾ ਡੇ ਮਨਾਏ ਜਾ ਰਹੇ ਆ ਉਹਦੇ ਸੰਬੰਧ ਵਿੱਚ ਬੋਲਣਾ ਚਾਹਾਂਗੀ ਕਿ ਸਾਡੇ ਕਾਲਜ ਨੇ ਔਰ ਬੱਚਿਆਂ ਨੇ, ਮੈਨੇਜਮੈਂਟ ਨੇ ਔਰ ਕਮਿਊਨਿਟੀ ਹੈਲਥ ਸੈਂਟਰ ਦੇ ਸਟਾਫ ਨੇ ਜੋ ਅਸੀਂ ਰਲ ਕੇ ਉਪਰਾਲਾ ਕੀਤਾ, ਜੰਡਿਆਲੇ ਵਿੱਚ ਰੈਲੀ ਕੱਢੀ ਆ, ਮੇਰੇ ਦਿਲ ਤੋਂ ਲੱਗਦਾ ਕਿ ਜੰਡਿਆਲੇ ਗੁਰੂ ਦੇ ਲੋਕਾਂ 'ਤੇ ਥੋੜ੍ਹਾ ਮਨ 'ਤੇ ਪ੍ਰਭਾਵ ਜਿਹੜਾ ਜ਼ਰੂਰ ਪਊਗਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਡਿਪਟੀ ਸਰ ਦਾ, ਕਮਿਊਨਿਟੀ ਹੈਲਥ ਸੈਂਟਰ ਐਂਡ ਡਾਇਰੈਕਟਰ ਮੈਮ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਇਸ ਸਹਿਯੋਗ ਦੇ ਨਾਲ ਜੇ ਸਾਡੇ ਬੱਚਿਆਂ ਨੇ ਰੈਲੀ ਕੱਢੀ, ਉਹਨਾਂ ਨੇ ਇਸ ਦੇ ਬਾਰੇ ਕੁਛ ਨਾ ਕੁਛ ਜ਼ਰੂਰ ਜਾਗਰੂਕ ਹੋਣਗੇ ਕਿ ਸਾਨੂੰ ਨਸ਼ੇ ਤਿਆਗਣੇ ਚਾਹੀਦੇ ਨੇ। ਅਤੇ ਨਾਲ ਹੀ ਉਹਨਾਂ ਨੇ ਸਾਡੇ ਜੰਡਿਆਲਾ ਗੁਰੂ ਦੇ ਲੋਕ ਨੇ ਜਿਹੜੇ, ਉਹ ਵੀ ਕੁਛ ਸਿੱਖਣਗੇ ਅੱਜ ਕਿ ਨਸ਼ੇ ਛੱਡਣੇ ਚਾਹੀਦੇ ਨੇ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਜਿਹਦੇ ਨਾਲ ਆਉਣ ਵਾਲੀ ਪੀੜ੍ਹੀ ਯੰਗ ਜਨਰੇਸ਼ਨ ਨੇ ਜਿਹੜੀ ਉਹਦੇ ਵਿੱਚ ਥੋੜ੍ਹਾ ਸੁਧਾਰ ਆ ਸਕਦਾ। ਥੈਂਕ ਯੂ।